ਅਜੋਕੀ ਪੰਜਾਬੀ ਗਾਇਕੀ ਦੇ ਵਿੱਚ ਲੱਚਰਤਾ ਬਹੁਤ ਹੱਦ ਤੱਕ ਪਹੁੰਚ ਗਈ ਹੈ ਪਰ ਇੰਨੇ ਲੱਚਰਤਾ ਦੇ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਕੁਝ ਅਜਿਹੇ ਉੱਭਰੇ ਗਾਇਕ ਨੇ ਜੋ ਨਰੋਲ ਪੰਜਾਬੀ ਸੱਭਿਆਚਾਰਕ ਗੀਤ ਪੇਸ਼ ਕਰਦੇ ਨੇ ਜਿਨ੍ਹਾਂ ਗੀਤਾਂ ਨੂੰ ਅਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਆਪਣੇ ਮਾਵਾਂ ਭੈਣਾਂ ਵਿੱਚ ਬੈਠ ਕੇ ਦੇਖ ਸਕਦੇ ਹਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਨਵੇਂ ਉੱਭਰੇ ਪੰਜਾਬੀ ਗਾਇਕ ਜੰਜੀਤ ਜੀ ਆਏ ਹਨ ਅੱਜ ਉਹਨਾਂ ਨਾਲ ਅਸੀਂ ਉਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਉਹਨਾਂ ਦੀ ਗੀਤਕਾਰੀ ਬਾਰੇ ਗੱਲਬਾਤ ਕਰਾਂਗੇ ਜੰਜੀਤ ਜੀ ਤੁਹਾਡਾ ਇਸ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਗਲੋਬਲ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੰਜੀਤ ਜੀ ਤੁਸੀਂ ਆਪਣਾ ਇਹ ਜਿਹੜਾ ਗਾਇਕੀ ਦਾ ਸਫ਼ਰ ਕਿੱਥੋਂ ਸ਼ੁਰੂ ਕੀਤਾ ਗਾਇਕੀ ਦਾ ਸਫ਼ਰ ਜੀ ਮੇਰਾ ਐਕਚੁਅਲੀ ਬਚਪਨ ਦੇ ਵਿੱਚ ਮੈਨੂੰ ਗਾਉਣ ਦਾ ਜਿਹੜਾ ਸ਼ੌਂਕ ਸੀ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਜਿਹੜੇ ਮੇਰੇ ਮਦਰ ਸੀ ਉਹ ਆਪਣੇ ਟਾਈਮ ਸਕੂਲ ਟਾਈਮ ਵਿੱਚ ਬਹੁਤ ਵਧੀਆ ਮਤਲਬ ਗਾਉਂਦੇ ਸੀ ਮਤਲਬ ਗਾਉਣ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਸੀ ਜਿੱਦਾਂ ਬਾਹਰ ਸਵਾਲ ਕਰਾ ਵਿੱਚ ਵਧੀਆ ਗੀਤ ਗਾਉਂਦੇ ਸੀ ਉਹਨਾਂ ਤੋਂ ਉਹ ਗੀਤ ਮੈਂ ਘਰ 'ਚ ਸੁਣਨੇ ਉਹ ਸੁਣ ਕੇ ਯਾਦ ਕਰਨੇ ਰਾਤ ਨੂੰ ਫਿਰ ਅਗਲੇ ਦਿਨ ਬਾਲ ਸਭਾ ਜਾ ਕੇ ਸੁਣਾਉਣੇ ਇਸੇ ਤਰ੍ਹਾਂ ਸਕੂਲ ਸਕੂਲ ਤੋਂ ਫਿਰ ਕਾਲਜ ਮੇਲੇ ਜਿੱਥੇ ਕਿਤੇ ਵੀ ਗਾਉਣ ਦਾ ਮੌਕਾ ਮਿਲਿਆ ਬਸ ਇਸੇ ਤਰ੍ਹਾਂ ਮੇਰਾ ਸਫ਼ਰ ਚੱਲ ਰਿਹਾ ਤੁਸੀਂ ਆਪਦੇ ਗਾਇਕੀ ਦੇ ਸਫ਼ਰ ਵਿੱਚ ਆਪਣਾ ਕੋਈ ਗੁਰੂ ਵੀ ਧਾਰਿਆ ਹਾਂਜੀ ਬਿਲਕੁਲ ਕਹਿੰਦੇ ਗੁਰੂ ਬਿਨਾਂ ਗਤ ਨਹੀਂ ਮੇਰੇ ਉਸਤਾਦ ਨੇ ਜੀ ਸ਼੍ਰੀ ਨਿਰਮਲ ਨੂੰ ਜੀ ਉਹਨਾਂ ਤੋਂ ਮੈਂ ਸੰਗੀਤ ਦੀ ਸਿੱਖਿਆ ਲਈ ਤੇ ਹਾਂਜੀ ਤੇ ਹੁਣ ਤੱਕ ਤੁਹਾਡੇ ਕਿੰਨੇ ਜਿਹੜੇ ਗੀਤ ਹੈ ਸਿੰਗਲ ਟ੍ਰੈਕ ਤੇ ਡੂਟ ਕਿੰਨੇ ਆ ਚੁੱਕੇ ਹਾਂਜੀ ਹੁਣ ਤੱਕ ਮੇਰੇ ਦੋ ਡਿਊਟ ਆ ਚੁੱਕੇ ਨੇ ਜੀ ਇੱਕ ਜਸਪਾਲ ਜੱਸੀ ਜੀ ਨਾਲ ਆਇਆ ਸੀ ਸਭ ਤੋਂ ਪਹਿਲਾਂ ਕੋਹੇ ਨੂਰ ਦਾ ਹੀਰਾ ਜੀ ਕਿਹੜਾ ਗੀਤ ਸੀ ਉਹ ਸੀ ਜੀ ਕੋਹੇ ਨੂਰ ਦਾ ਹੀਰਾ ਜੱਟ ਕੋਹੇ ਨੂਰ ਦਾ ਹੀਰਾ ਲੱਭ ਦੀ ਮਰ ਜਾਏਗੀ ਕੁੜੀ ਅੱਛਾ ਦੂਸਰਾ ਵੀ ਇਹਨਾਂ ਦੇ ਨਾਲ ਹੀ ਸੀ ਦੂਸਰਾ ਸੀ ਜੀ ਮੇਰਾ ਮਨਰੀਤ ਮਾਹੀ ਸੀ ਲੜਕੀ ਜਲੰਧਰ ਤੋਂ ਉਹਨਾਂ ਦੇ ਨਾਲ ਆਇਆ ਸੀਗਾ ਉਹ ਸੀ ਸਿਲਵਰ ਦੀਆਂ ਬੰਗਾਂ ਨਾਲ ਜੁੜੀਆਂ ਵਿੱਚ ਇੱਥੋਂ ਗੋਲਡ ਵਰਗੀ ਜੱਟੀ ਬਹੁਤ ਰਿਸਪੋਂਸ ਮਿਲਿਆ ਉਸ ਗੀਤ ਨੂੰ ਉਸ ਤੋਂ ਬਾਅਦ ਜੀ ਮੇਰਾ ਇੱਕ ਮਤਲਬ ਸਮਾਜ ਦੇ ਵਿੱਚ ਸਾਡੇ ਜਿਵੇਂ ਭਰੂਣ ਹੱਤਿਆ ਦੀ ਬਿਮਾਰੀ ਹੈ ਜਿਹੜੀ ਬਹੁਤ ਘਰ ਕਰ ਚੁੱਕੀ ਹੈ ਇਸੇ ਬਿਮਾਰੀ ਦੇ ਉੱਪਰ ਮੈਂ ਗੀਤ ਲਿਖਿਆ ਸੀ ਕਿ ਧੀਆਂ ਨੂੰ ਵੀ ਦੱਸੋਗੇ ਪੁੱਤਰਾਂ ਨੂੰ ਲੱਭਣ ਵਾਲੇ ਹੋਏ ਕਦੇ ਧੀਆਂ ਨੂੰ ਵੀ ਦੱਸੋਗੇ ਉਹਦੀਆਂ ਦੋ ਲਾਈਨਾਂ ਸੁਣਾਉਂਗੇ ਕਿ ਹਾਂ ਬਿਲਕੁਲ ਜੀ ਅੱਜ ਤਨ ਬੇਗਾਨਾ ਕਹਿੰਨੇ ਹੋ ਅੱਜ ਤਨ ਬੇਗਾਨਾ ਕਹਿੰਨੇ ਹੋ ਤਨ ਬੇਗਾਨਾ ਕਹਿੰਨੇ ਹੋ ਕਦੇ ਤਲੇ ਸੇ ਵੱਲ ਪਰਤੋਂਗੇ ਪੁੱਤਰਾਂ ਨੂੰ ਲੱਭਣ ਵਾਲੇ ਪੁੱਤਰਾਂ ਨੂੰ ਲੱਭਣ ਵਾਲੋਏ ਕਦੇ ਧੀਆਂ ਨੂੰ ਵੀ ਤਰਸੋਗੇ ਪੁੱਤਰਾਂ ਨੂੰ ਲੱਭਣ ਵਾਲੋਏ ਕਦੇ ਧੀਆਂ ਨੂੰ ਵੀ ਤਰਸੋਗੇ ਅੱਜ ਧੰਨ ਬੇਗਾਨਾ ਕਹਿੰਨੇ ਹੋ ਅੱਜ ਧੰਨ ਬੇਗਾਨਾ ਕਹਿੰਨੇ ਹੋ ਧੰਨ ਬੇਗਾਨਾ ਕਹਿੰਨੇ ਹੋ ਕੱਲ ਧੰਨੇ ਸੇ ਵੱਲ ਪਰਤੋਗੇ ਲੱਭਣ ਵਾਲਿਓਏ ਪੁੱਤਰਾਂ ਨੂੰ ਲੱਭਣ ਵਾਲਿਓਏ ਕਦੇ ਧੀਆਂ ਨੂੰ ਵੀ ਤਰਸੋਗੇ ਪੁੱਤਰਾਂ ਨੂੰ ਲੱਭਣ ਵਾਲਿਓਏ ਕਦੇ ਧੀਆਂ ਨੂੰ ਵੀ ਤਰਸੋਗੇ ਪੁੱਤਰਾਂ ਨੂੰ ਲੱਭਣ ਵਾਲਿਓਏ
मेहनत दा मुल मुड़दा नहीं मेहनत दा मुल मुड़दा नहीं की करना ऐसी खट्टी नू सिल्वर दिया बंगा सिल्वर दिया बंगा ना जुड़िया वे ते तो गोल्ड वर्गी जट्टी नू सिल्वर दिया बंगा ना जुड़िया वे ते तो गोल्ड वर्गी जट्टी नू अगे जी मेरे बोले रख सबर थोड़ा चुप करके नी कागज यूके दे पढ़ते नी रख सबर थोड़ा चुप करके नी कागज यूके दे पढ़ते नी तैनू ते नारे हटी नू चाचा दी सैर करा दूंगा गोल्ड ता होल्ड हो गया नी गोल्ड ता होल्ड हो गया नी तैनू डायमंड विच मरा दूंगा सोने दा ग्यार वाज बिलो नी तैनू हीरिया विच जड़ा दूंगा थोड़ा चुप करके नी कागज यूके दे परते नी रख सबर थोड़ा चुप करके नी कागज यूके दे परते नी तैनू ते नाल हिप्पी नू चाचा दी सैर करा दूंगा गोल्ड ता ओल्ड हो गया नी गोल्ड ता ओल्ड हो गया नी तैनू डायमंड विच मड़ा दूंगा सोने दा ग्यार वाज बिलो नी तैनू हीरियां विच जड़ा दूंगा ए गीत जिहड़े बच्चे जां जिहड़े नौजवान प्रवास करन दी सोच रहे है वी जिम्मेदार फेल हो रहे जी जिम्मेदार फेल होण करके जिहड़े लोग प्रवास हो जा रहे है ਇਹ ਮੇਰਾ ਖਿਆਲ ਆ ਉਸ ਥੀਮ ਨੂੰ ਲੈ ਕੇ ਹਾਂਜੀ ਲਿਖਿਆ ਗਿਆ ਬਿਲਕੁਲ ਠੀਕ ਪਛਾਣਿਆ ਇਹ ਤੁਹਾਡਾ ਆਪਦਾ ਲਿਖਿਆ ਹਾਂਜੀ ਇਹ ਗੀਤ ਮੈਂ ਕੋਈ ਤੇ ਇਸ ਤੋਂ ਬਿਨਾਂ ਜਿਹੜੇ ਹੋਰ ਦੋ ਚਾਰ ਤੀਜੇ ਗੀਤ ਤੁਹਾਡੇ ਹੈਗੇ ਨੇ ਉਹ ਕਿਸੇ ਹੋਰ ਦੇ ਲਿਖੇ ਹੋਏ ਕਿ ਉਹ ਵੀ ਤੁਸੀਂ ਆਪਦੇ ਲਿਖੇ ਹੀ ਗਾਏ ਨਹੀਂ ਜੀ ਬਾਕੀ ਸਾਰੇ ਗੀਤ ਤਾਂ ਮੈਂ ਖੁਦ ਹੀ ਲਿਖੇ ਨੇ ਜਿਹੜਾ ਲੇਟੈਸਟ ਟਰੈਕ ਮੇਰਾ ਚੱਲ ਰਿਹਾ ਵਾਈਟ ਵਾਸ਼ ਉਹ ਬਰਨਾਲਾ ਤੋਂ ਨੇ ਜੀ ਦਰਸ਼ਨ ਚੀਮਾ ਜੀ ਉਹਨਾਂ ਦੀ ਮਤਲਬ ਕਲਮ ਚੋਂ ਨਿਕਲਿਆ ਹੋਇਆ ਗੀਤ ਬਹੁਤ ਖੂਬਸੂਰਤ ਗੀਤ ਹੈ ਦਰਸ਼ਕਾਂ ਵੱਲੋਂ ਉਹਨੂੰ ਵੀ ਭਰਵਾਂ ਹੁੰਗਾਰਾ ਮਿਲ ਤੇ ਉਹਦਾ ਮਿਊਜ਼ਿਕ ਕਿਹਨੇ ਦਿੱਤਾ ਤੇ ਕਿਹੜੀ ਕੰਪਨੀ ਨੇ ਉਹਨੂੰ ਰਿਲੀਜ਼ ਕੀਤਾ ਹਾਂਜੀ ਤਕਰੀਬਨ ਮੇਰੇ ਮਤਲਬ ਸਾਰੇ ਗਾਣਾ ਦੇ ਮਿਊਜ਼ਿਕ ਜਿਹੜਾ ਹੈਗਾ ਉਹ ਐਮਵੀਰ ਜੀ ਦਿੰਦੇ ਨੇ ਐਮਵੀਰ ਜੀ ਤੋਂ ਆਪਣਾ ਮੋਗਾ ਸਿਟੀ ਤੋਂ ਹੀ ਬਿਲੋਂਗ ਕਰਦੇ ਨੇ ਅੱਛਾ ਬਹੁਤ ਖੂਬਸੂਰਤ ਮਿਊਜ਼ਿਕ ਦਿੰਦੇ ਨੇ ਜੀ ਜੀ ਵਧੀਆ ਮਿਊਜ਼ਿਕ ਡਾਇਰੈਕਟਰ ਤੇ ਜਿਹੜੇ ਆਪਣੇ ਤੁਹਾਡੇ ਹੈਗੇ ਨੇ ਜਿਨ੍ਹਾਂ ਨੇ ਰਿਕਾਰਡਿੰਗ ਕੀਤੀ ਹੈ ਉਹ ਕਿਹੜੀ ਕੰਪਨੀ ਰਿਕਾਰਡਿੰਗ ਜੀ ਸਰ ਇਹ ਤਾਂ ਅਲੱਗ ਅਲੱਗ ਕੰਪਨੀਆਂ ਚੋਂ ਹੁੰਦੀ ਹੈ ਸਭ ਤੋਂ ਪਹਿਲੀ ਰਿਕਾਰਡਿੰਗ ਜਿਹੜੀ ਮੇਰੀ ਸੀ ਉਹ ਪਠਾਨਕੋਟ ਹੋਈ ਸੀ ਜੀ ਉਸ ਤੋਂ ਬਾਅਦ ਮਿਊਜ਼ਿਕ ਮੇਰੇ ਸਮੋਗਾ ਤੋਂ ਉਸ ਤੋਂ ਬਾਅਦ ਵਾਪਸ ਕੰਪਨੀਆਂ ਸੀ ਜੀ ਜਿਨ੍ਹਾਂ ਦਾ ਮੇਰੀ ਰਿਕਾਰਡਿੰਗ ਜਿਹੜੀ ਤੁਹਾਡਾ ਲੇਟੈਸਟ ਆਇਆ ਹੈਗਾ ਵਾਈਟ ਵਾਸ਼ ਹਾਂਜੀ ਇਹਦਾ ਥੀਮ ਕੀ ਹੈ ਥੀਮ ਇਸ ਗਾਣੇ ਦਾ ਕੀ ਹੈ ਇਸ ਗਾਣੇ ਦਾ ਥੀਮ ਇਹ ਹੈ ਜੀ ਕਿ ਮਤਲਬ ਅੱਜ ਕੱਲ੍ਹ ਜਿਵੇਂ ਸਮਾਜ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਕਿ ਲੜਕਾ ਲੜਕੀ ਭੱਜ ਕੇ ਵਿਆਹ ਜੀ ਇਸ ਗਾਣੇ ਦੇ ਵਿੱਚ ਇੱਕ ਸੁਨੇਹਾ ਇਹ ਦਿੱਤਾ ਗਿਆ ਹੈ ਕਿ ਮਤਲਬ ਉਹ ਭੱਜ ਕੇ ਵਿਆਹ ਨਹੀਂ ਕਰਾ ਰਹੇ ਉਹ ਆਪਣੇ ਮਾਪਿਆਂ ਦੀ ਮਨਜ਼ੂਰੀ ਲੈ ਕੇ ਜੀ ਸਹੀ ਢੰਗ ਦੇ ਨਾਲ ਜਿਹੜੀ ਮੈਰਿਜ ਆ ਉਹ ਆਪਣੀ ਕਰਵਾਉਣ ਦੇ ਲਈ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਭੱਜ ਕੇ ਵਿਆਹ ਕਰਾਉਣਾ ਗਲਤ ਹੈ ਔਰ ਜੇ ਤੁਸੀਂ ਮਾਂ ਬਾਪ ਦੀ ਸਹਿਮਤੀ ਨਾਲ ਵਿਆਹ ਕਰਾਉਣਾ ਤਾਂ ਉਹ
ਚੰਗਾ ਉਹਦੇ ਜੀ ਮਾਂ ਬਾਪ ਦੀ ਵੀ ਇੱਜ਼ਤ ਬਣਦੀ ਹੈ ਤੇ ਤੁਹਾਡੀ ਵੀ ਇੱਜ਼ਤ ਬਣਦੀ ਹੈ। ਬਿਲਕੁਲ ਜੀ, ਮੈਂ ਕੋਸ਼ਿਸ਼ ਕਰਦਾ ਹਾਂ ਨਾ ਸਰ ਕਿ ਮੈਂ ਆਪਣੇ ਹਰ ਗੀਤ ਰਾਹੀਂ ਕੋਈ ਨਾ ਕੋਈ ਮੈਸੇਜ ਜ਼ਰੂਰ ਦੇਵਾਂ, ਜ਼ਰੂਰ ਇਸੇ ਤਰ੍ਹਾਂ ਦਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਲਦੀ ਜੀ ਤੁਹਾਡੀਆਂ ਮਤਲਬ ਸੋਲੋ ਵੀ ਆਏ ਹੈ, ਡਿਊਟੀ ਵੀ ਆਈ ਹੈ, ਜਿਹੜਾ ਗਾਣ ਆਉਣ ਵਾਲਾ ਹੈਗਾ ਪ੍ਰੋਗਰਾਮ ਉਹਦੇ ਵਿੱਚ ਤੁਹਾਡੇ ਕਿਸ ਕਿਸਮ ਦੇ ਗੀਤ ਗਾਉਂਦਾ ਤੇ ਕਿਹੜੇ ਕਿਹੜੇ ਗੀਤਾਂ ਦੀ ਤੁਹਾਡੀ ਤਿਆਰੀ ਚੱਲ ਰਹੀ ਹੈ? ਬਿਲਕੁਲ ਸਰ, ਮਤਲਬ ਹੁਣ ਤੱਕ ਮੈਂ ਪਰਿਵਾਰਕ ਗੀਤ ਵੀ ਕੀਤੇ ਨੇ, ਰੋਮਾਂਟਿਕ ਵੀ ਕੀਤੇ, ਸੈਡ ਵੀ ਕੀਤੇ ਨੇ। ਅੱਗੋਂ ਮੇਰੀ ਕੋਸ਼ਿਸ਼ ਇਹੀ ਹੈ ਕਿ ਮਤਲਬ ਜਿਹੜਾ ਵੀ ਮੈਂ ਗੀਤ ਗਾਵਾਂ ਉਹ ਮੈਸੇਜ ਜ਼ਰੂਰ ਦੇਵੇ। ਦੋ ਗੀਤ ਜੀ ਮੇਰੇ ਮਤਲਬ ਹੋ ਚੁੱਕੇ ਨੇ, ਇੱਕ ਲੇਟੈਸਟ ਸੌਂਗ ਜਿਹੜਾ ਹੁਣੇ ਆ ਰਿਹਾ ਫੋਕੀ ਟਾਊਨ, ਉਸਨੂੰ ਵੀ ਤੁਸੀਂ ਜਲਦੀ ਜਾਓਗੇ ਜੀ, ਉਸਨੂੰ ਵੀ ਤੁਸੀਂ ਜਲਦੀ ਸੁਣੋਗੇ। ਇਸ ਤੋਂ ਬਾਅਦ ਇੱਕ ਰੋਮਾਂਟਿਕ ਸੌਂਗ ਹੈ ਜੀ, ਆਈ ਵਰਸਿਸ ਹਰਟ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਮੈਨੂੰ ਤੁਸੀਂ ਪ੍ਰੋਗਰਾਮ ਚ ਬੁਲਾਇਆ, ਇੰਨਾ ਮਾਣ ਦਿੱਤਾ, ਥੈਂਕ ਯੂ ਸੋ ਮਚ।